ਬਮਾਲੀ ਦੇ ਕਿਸਾਨ ਕਰਮਜੀਤ ਸਿੰਘ ਨੇ ਕਿਸਾਨੀ ਸੰਘਰਸ਼ ਲਈ 9911 ਟਰੈਕਟਰ ਨੂੰ ਕੀਤਾ ਮੋਡੀਫਾਈ। ਪਾਵਰ ਬਣਵਾਈ ਜੇਸੀਬੀ ਤੋਂ ਵੀ ਵੱਧ। ਦਿੱਲੀ ਸੰਘਰਸ਼ ਵਿੱਚ ਟਰੈਕਟਰ ਬਣਿਆ ਖਿੱਚ ਦਾ ਕੇਂਦਰ। ਪਿੰਡ ਪਮਾਲੀ ਤੋਂ ਕਰਮਜੀਤ ਸਿੰਘ ਮੈਂਬਰ ਪੰਚਾਇਤ ਦਾ ਟਰੈਕਟਰ ਤੀਜੀ ਵਾਰ ਕਿਸਾਨੀ ਸੰਘਰਸ਼ ਵਿੱਚ ਹੋਇਆ ਸ਼ਾਮਲ। ਐਨਆਰਆਈ ਵੀਰ ਗੁਰਮੀਤ ਸਿੰਘ ਅਮਰੀਕਾ ਵਾਲੇ ਨੇ ਕਿਸਾਨੀ ਸੰਘਰਸ਼ ਲਈ 50,000 ਰੁਪਏ ਦੀ ਕੀਤੀ ਮਦਦ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਮੇਰਾ ਪਿੰਡ ਪਮਾਲੀ ਆ ਜੀ। ਮੈਂ ਸਰਦਾਰ ਕਰਮਜੀਤ ਸਿੰਘ ਮੈਂਬਰ ਪੰਚਾਇਤ ਪਮਾਲੀ। ਸਾਡੀ ਨਗਰ ਪੰਚਾਇਤ ਸਮੂਹ ਨਗਰ ਨਿਵਾਸੀਆਂ ਨੇ ਇਸ ਸੰਘਰਸ਼ ਦੇ ਵਿੱਚ ਬੜਾ ਯੋਗਦਾਨ ਪਾਇਆ। ਸਾਡੇ ਪਿੰਡ ਸਰਦਾਰ ਸੁਖਵਿੰਦਰ ਸਿੰਘ ਗੋਲੂ ਸਰਪੰਚ ਨੇ 3 ਵਾਰੀ ਬੱਸਾਂ ਲੈ ਕੇ ਗਿਆ ਅਤੇ ਸਾਡੇ ਪਿੰਡੋਂ 4 ਵਾਰੀ ਟਰੈਕਟਰ ਟਰਾਲੀਆਂ ਗਈਆਂ ਹੋਈਆਂ। ਹੁਣ ਖੁਦ 2 ਵਾਰੀ ਸਾਡੀ ਟਰੈਕਟਰ ਟਰਾਲੀ ਗਈ ਹੋਈ ਆ। 4-5 ਟਰਾਲੀਆਂ ਸਾਡੇ ਪਿੰਡੋਂ ਹੁਣ ਗਈਆਂ ਜੀ ਇਸ ਸੰਘਰਸ਼ ਦੇ ਵਿੱਚ। ਇਸ ਸੰਘਰਸ਼ ਦੇ 3 ਕਾਲੇ ਕਾਨੂੰਨ ਰੱਦ ਕਰਵਾਉਣ ਖਾਤਰ ਜਿੰਨਾ ਟਾਈਮ ਸਰਕਾਰ ਰੱਦ ਨਹੀਂ ਕਰਦੀ ਉਨਾ ਟਾਈਮ ਇਸ ਸੰਘਰਸ਼ ਦੇ ਵਿੱਚ ਸਾਡਾ ਸਮੂਹ ਨਗਰ ਪੰਚਾਇਤ ਬਾਕੀ ਯੂਥ ਸਾਰੇ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾਉਂਦੇ ਰਹਿਣ। ਬਾਈ ਜੀ ਪੰਜਾਬ ਦੀ ਆਵਾਜ਼ ਚੈਨਲ ਅਤੇ ਬਾਈ ਜੀ ਗੁਰਮੀਤ ਸਿੰਘ ਹੋਣੀ ਇਹ ਪਹਿਲੇ ਦਿਨ ਤੋਂ ਮਤਲਬ ਸਾਡੇ ਨਗਰ ਦੀ ਪੂਰੀ ਕਵਰੇਜ ਕਰਦੇ ਆ। ਚਾਹੇ ਬੱਸਾਂ ਜਾਣ ਦੀ ਗੱਲ ਸੀ, ਚਾਹੇ ਟਰਾਲੀਆਂ ਜਾਣ ਦੀ ਗੱਲ ਸੀ, ਚਾਹੇ ਸਾਡੇ ਨਗਰ ਦਾ ਕੋਈ ਵੀ ਸੰਘਰਸ਼ ਸੰਬੰਧੀ ਫੰਕਸ਼ਨ ਆ ਉਹਦੀ ਇਹ ਪੂਰੀ ਕਵਰੇਜ ਕਰਦੇ ਆ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਨਗਰ ਦੇ ਜਿਹੜੇ ਐਨਆਰਆਈ ਵੀਰ ਆ ਉਹਨਾਂ ਦਾ ਵੀ ਇਸ ਸੰਘਰਸ਼ ਦੇ ਵਿੱਚ ਬੜਾ ਯੋਗਦਾਨ ਆ। ਸਾਡੇ ਪਿੰਡ 'ਚੋਂ ਇੱਕ ਗੁਰਮੀਤ ਸਿੰਘ ਦਾ ਪਰਿਵਾਰ ਅਮਰੀਕਾ 'ਚ ਰਹਿ ਰਿਹਾ, ਉਹਨਾਂ ਨੇ ਇਸ ਸੰਘਰਸ਼ ਖਾਤਰ 50,000 ਰੁਪਈਆ ਦਿੱਤਾ। ਇੱਕ ਹਰਨੇਕ ਸਿੰਘ ਦਾ ਪਰਿਵਾਰ ਬਲਵਿੰਦਰ ਸਿੰਘ ਕਨੇਡਾ 'ਚ ਰਹਿ ਰਿਹਾ, ਉਹਨਾਂ ਨੇ ਸਾਨੂੰ 25,000 ਰੁਪਈਏ ਦੀ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣ ਲਈ ਸਾਨੂੰ ਸਾਡੇ ਨਗਰ ਨੂੰ ਭੇਜਿਆ ਵਾ। ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਸ ਨਗਰ ਬਣਿਓ ਵੀ 1,00,000 ਰੁਪਈਆ ਇਕੱਠਾ ਕਰਿਆ ਹੋਇਆ ਹੈ। ਇਹ ਜਿੰਨਾ ਟਾਈਮ ਇਹ ਸੰਘਰਸ਼ ਚੱਲੂਗਾ ਅਸੀਂ ਉਹਨਾਂ ਪੈਸਿਆਂ ਨਾਲ ਉੱਥੇ ਆਵਾਜਾਈ ਕਰਦੇ ਰਹਾਂਗੇ। ਵਾਹਿਗੁਰੂ।